ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਦੇ ਸਟੂਡੀਓ ਤੋਂ ਮੈਂ ਹਾਂ ਰਾਜੇਸ਼ਵਰ ਕੌਰ। ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਲੈ ਕੇ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਪ੍ਰੋਗਰਾਮ ਵਿੱਚ ਹਰ ਹਫ਼ਤੇ ਆਪ ਜੀ ਐਸੀ ਬੀਬੀ ਜਾਂ ਕਹੀਏ ਸਿੰਘਣੀ ਨੂੰ ਮਿਲਦੇ ਹੋ ਜੋ ਆਪਣੇ ਜੀਵਨ ਵਿੱਚ ਕੁਛ ਵਿਲੱਖਣ ਕਰ ਰਹੇ ਨੇ। ਉਮਰ ਦਾ ਲਿਹਾਜ਼ ਨਹੀਂ, ਕਿਉਂਕਿ ਸਤਿਗੁਰੂ ਕਿਸ ਅਤੇ ਕਿਸ ਉਮਰ ਵਿੱਚ ਅਤੇ ਕਿਸ ਸਮੇਂ ਤਰੁੱਠ ਪੈਂਦੇ ਨੇ ਅਤੇ ਉਹਨਾਂ ਤੋਂ ਕੀ ਸੇਵਾਵਾਂ ਲੈ ਰਹੇ ਨੇ, ਇਹ ਉਹ ਅਕਾਲ ਪੁਰਖ ਆਪ ਹੀ ਜਾਣਦਾ ਹੈ। ਚਾਹੇ ਉਹ ਅਵਸਥਾ ਬਿਰਧ ਦੀ ਹੋਵੇ ਜਾਂ ਕਿਸੇ ਜਵਾਨ ਦੀ ਹੋਵੇ ਜਾਂ ਕਿਸੇ ਬੱਚੇ ਦੀ ਹੋਵੇ, ਇਹ ਜ਼ਰੂਰੀ ਨਹੀਂ ਜਿਨ੍ਹਾਂ ਨੇ ਜੀਵਨ ਵਿੱਚ ਬਹੁਤ ਸਫਲਤਾਵਾਂ ਜਾਂ ਜਿਨ੍ਹਾਂ ਕੋਲ ਬਹੁਤ ਐਕਸਪੀਰੀਅੰਸ ਨੇ ਉਹੀ ਸਭ ਕੁਛ ਕਰ ਰਹੇ ਨੇ। ਅੱਜ ਕੱਲ੍ਹ ਦੀ ਜਨਰੇਸ਼ਨ ਵਿੱਚ ਵੀ ਸਾਨੂੰ ਐਸੇ ਹੋਣਹਾਰ ਨੌਜਵਾਨ ਸਿੱਖ ਬੱਚੇ ਬੱਚੀਆਂ ਸਿੱਖ ਬੀਬੀਆਂ ਮਿਲਦੀਆਂ ਨੇ ਜਿਨ੍ਹਾਂ ਦੀ ਸੋਚ ਕੁਛ ਹੋਰ ਹੈ, ਪਰ ਗੁਰਮਤਿ ਦੇ ਦਾਇਰੇ ਵਿੱਚ ਰਹਿੰਦਿਆਂ ਹੋਇਆਂ ਉਹ ਯਤਨ ਪ੍ਰਯਤਨ ਕਰ ਰਹੇ ਨੇ ਕਿ ਉਹ ਕੁਛ ਨਵੇਕਲਾ ਕਰ ਸਕਣ ਜਿਸ ਨਾਲ ਸਾਰੀ ਕੌਮ ਨੂੰ ਪੰਥ ਨੂੰ ਉਹਨਾਂ 'ਤੇ ਫਕਰ ਮਹਿਸੂਸ ਹੋਵੇ। ਐਸੀਆਂ ਹੀ ਬੀਬੀਆਂ ਵਿੱਚ ਐਸੀ ਇੱਕ ਸਿੰਘਣੀ ਅੱਜ ਸਾਡੇ ਸਟੂਡੀਓ ਵਿੱਚ ਹੈ ਜਿਨ੍ਹਾਂ ਦਾ ਨਾਮ ਹੈ ਜਲਨਿਧ ਕੌਰ। ਅਤੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਜਲਨਿਧ ਕੌਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗੀ ਕਿ ਮੈਂ ਆਪ ਜੀ ਬਾਰੇ ਕੋਈ ਇੰਟਰੋਡਕਸ਼ਨ ਦੇਵਾਂ ਜਾਂ ਕੁਛ ਕਹਾਂ। ਮੈਂ ਚਾਹੂੰਗੀ ਕਿ ਆਪ ਜੀ ਆਪਣੇ ਅਲਫਾਜ਼ ਵਿੱਚ, ਆਪਣੇ ਹੀ ਲਹਿਜ਼ੇ ਵਿੱਚ, ਆਪਣੇ ਸ਼ਬਦਾਂ ਵਿੱਚ ਸਾਡੀ ਸੁਣਨ ਅਤੇ ਦੇਖਣ ਵਾਲੀ ਸੰਗਤ ਨੂੰ ਆਪਣੇ ਬਾਰੇ ਕੁਛ ਦੱਸੋ। ਮੇਰਾ ਨਾਮ ਜਲਨਿਧ ਕੌਰ ਹੈ, ਮੈਂ ਲੁਧਿਆਣਾ ਦੀ ਵਾਸੀ ਹਾਂ। ਮੈਂ ਬਚਪਨ ਵਿੱਚ ਪੜ੍ਹਾਈ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਤੋਂ ਕੀਤੀ ਹੈ ਅਤੇ ਉਸ ਤੋਂ ਬਾਅਦ 11th ਕਲਾਸ ਵਿੱਚ ਮੈਂ 11th 12th ਦੋ ਕਲਾਸਾਂ ਸੇਕ੍ਰਡ ਹਾਰਟ ਕੋਨਵੈਂਟ ਸਕੂਲ ਲੁਧਿਆਣਾ ਤੋਂ ਕੀਤੀਆਂ ਹਨ। ਉਸ ਤੋਂ ਬਾਅਦ ਮੇਰਾ ਸ਼ੌਂਕ ਇਕਨੋਮਿਕਸ ਦੇ ਫੀਲਡ ਵਿੱਚ ਪੈ ਗਿਆ ਅਤੇ ਮੈਂ ਇਸੇ ਫੀਲਡ ਵਿੱਚ ਮੈਂ ਆਪਣੀ ਅੰਡਰ ਗ੍ਰੈਜੂਏਟ ਡਿਗਰੀ ਦਿੱਲੀ ਦੇ ਸੇਂਟ ਸਟੀਫਨਸ ਕੋਲੇਜ ਤੋਂ ਕੀਤੀ ਹੈ ਅਤੇ ਅੱਜ ਕੱਲ੍ਹ ਮੈਂ ਮਾਸਟਰਸ ਡਿਗਰੀ ਕਰ ਰਹੀ ਹਾਂ ਇਕਨੋਮਿਕਸ ਵਿੱਚ ਹੀ। ਲੁਧਿਆਣੇ ਵਿੱਚ ਸਕੂਲਿੰਗ ਕਰਕੇ ਤੁਸੀਂ ਕਿਉਂ ਦਿੱਲੀ ਜਾ ਕੇ ਪੜ੍ਹਨਾ ਸ਼ੁਰੂ ਕੀਤਾ, ਵਾਈ ਨੋਟ ਪੰਜਾਬ? ਮੇਰੇ ਮਨ ਵਿੱਚ ਬਚਪਨ ਤੋਂ ਹੀ ਸੀ ਕਿ ਜਿਸ ਤਰ੍ਹਾਂ ਘਰ ਦਾ ਮਾਹੌਲ ਸੀ ਅਤੇ ਘਰੋਂ ਇੰਸਪੀਰੇਸ਼ਨ ਮਿਲੀ ਅਤੇ ਮੇਰੇ ਮਨ ਵਿੱਚ ਹਮੇਸ਼ਾ ਸੀ ਕਿ ਮੈਂ ਟੌਪ ਦੇ ਇੰਸਟੀਟਿਊਸ਼ਨ 'ਚ ਪੜ੍ਹਨਾ ਹੈ। ਵੀ ਸਿੱਖ ਉਹ ਹੁੰਦਾ ਜਿਹੜਾ ਐਕਸੀਲੈਂਸ ਵੱਲ ਜਾਏ, ਬੀ ਇਟ ਐਕਡੈਮਿਕ, ਪ੍ਰੋਫੈਸ਼ਨਲ ਔਰ ਸਪਿਰਿਚੁਅਲ ਐਕਸੀਲੈਂਸ, ਇਟ ਹੈਜ਼ ਟੂ ਬੀ ਐਕਸੀਲੈਂਸ। ਐਗਜੈਕਟਲੀ। ਸੋ ਮੈਂ ਜਦੋਂ 12th 'ਚ ਸੀ ਉਦੋਂ ਹੀ ਇੰਡੀਆ ਟੂਡੇ ਦੇ ਸਰਵੇਜ਼ ਵਿੱਚੋਂ ਟੌਪ ਇੰਸਟੀਟਿਊਸ਼ਨਸ ਦੀ ਲਿਸਟ ਲੱਭਦੀ ਹੁੰਦੀ ਸੀ ਕਿ ਅੱਜ ਕੱਲ੍ਹ ਨੰਬਰ 1 ਕਿਹੜਾ, ਨੰਬਰ 2 ਕਿਹੜਾ, ਐਂਡ ਆਈ ਨੈਵਰ ਲਿਮਿਟਿਡ ਮਾਈ ਸੈਲਫ ਟੂ ਪੰਜਾਬ। ਸੋ ਆਈ ਯੂਸ ਟੂ ਥਿੰਕ ਓਕੇ, ਆਈ ਯੂਸ ਟੂ ਡਰੀਮ ਆਲਵੇਜ਼ ਕਿ ਮੈਂ ਕੰਟਰੀ ਦੇ ਬੈਸਟ ਇੰਸਟੀਟਿਊਸ਼ਨ ਵਿੱਚੋਂ ਪੜ੍ਹਾਂ ਅਤੇ ਕੰਟਰੀ ਦਾ ਬੈਸਟ ਇੰਸਟੀਟਿਊਸ਼ਨ ਫੋਰ ਇਕਨੋਮਿਕਸ ਵਾਜ ਸੇਂਟ ਸਟੀਫਨਸ ਕੋਲੇਜ ਡੈਲੀ ਅਤੇ ਉਦੋਂ ਤੋਂ ਹੀ ਮੇਰੇ ਮਨ ਵਿੱਚ ਡਰੀਮ ਸੀਗਾ ਕਿ ਮੈਂ ਸੇਂਟ ਸਟੀਫਨਸ ਕੋਲੇਜ ਵਿੱਚੋਂ ਪੜ੍ਹਾਈ ਕਰਾਂ ਅਤੇ ਘਰੋਂ ਵੀ ਸਪੋਰਟ ਮਿਲ ਗਈ। ਆਲਦੋ ਥੋੜ੍ਹੀ ਜਿਹੀ ਸ਼ੁਰੂ 'ਤੇ ਝਿਜਕੇ ਮੇਰੇ ਮਾਂ ਪਿਓ ਕਿ ਨਹੀਂ ਦਿੱਲੀ ਜਾ ਕੇ ਕਿਉਂ ਪੜ੍ਹਨਾ ਜਦੋਂ ਸਾਰੇ ਆਲੇ ਦੁਆਲੇ ਪੰਜਾਬ 'ਚ ਪੜ੍ਹ ਰਹੇ ਨੇ, ਪਰ ਗੁਰੂ ਦੀ ਬਖਸ਼ਿਸ਼ ਹੋਈ ਅਤੇ ਆਈ ਗੋਟ ਇਨਰੋਲਡ ਇਨ ਸੇਂਟ ਸਟੀਫਨਸ ਕੋਲੇਜ। ਕਿਸੇ ਅੱਛੇ ਅਦਾਰੇ ਵਿੱਚ ਐਡਮਿਸ਼ਨ ਲੈਣ ਲਈ ਯੂ ਨੀਡ ਟੂ ਗੈਟ ਗੁੱਡ ਗ੍ਰੇਡਸ, ਰਾਈਟ? ਠੀਕ ਹੈ ਜੀ। ਸੋ ਵੇਅਰ ਵਰ ਯੂ ਜਦ ਤੁਸੀਂ ਸਕੂਲਿੰਗ ਪਾਸ ਕੀਤੀ, ਵਿਚ ਮੇਡ ਯੂ ਥਿੰਕ ਕਿ ਮੈਂ ਐਡੇ ਵੱਡੇ ਅਦਾਰੇ ਵਿੱਚ ਐਡਮਿਸ਼ਨ ਲੈ ਸਕਦੀ ਹਾਂ? ਰਾਈਟ। ਸੋ 12th ਕਲਾਸ ਵਿੱਚ ਮੈਂ ਹਿਊਮੈਨਿਟੀਜ਼ ਸਟਰੀਮ ਲਿੱਤੀ ਸੀਗੀ ਜਿਹਦੇ ਵਿੱਚ ਮੈਂ ਇਕਨੋਮਿਕਸ, ਮੈਥਮੈਟਿਕਸ, ਪੋਲੀਟੀਕਲ ਸਾਇੰਸ ਸਬਜੈਕਟਸ ਪੜ੍ਹੇ ਸੀਗੇ ਅਤੇ ਮੇਰੀ ਬੈਸਟ ਆਫ 4 ਸਬਜੈਕਟਸ ਜਿਹੜੀ ਪਰਸੈਂਟੇਜ ਸੀ CBSE ਐਗਜ਼ਾਮ ਵਿੱਚ ਉਹ ਸੀ 96%। ਵੰਡਰਫੁਲ। ਅਤੇ ਸੇਂਟ ਸਟੀਫਨਸ ਕੋਲੇਜ ਵਿੱਚ ਕੱਟ ਆਫ ਫੋਰ ਹਿਊਮੈਨਿਟੀਜ਼ ਵਾਜ 95%। ਅਤੇ ਸੋ ਆਈ ਇਸ ਪ੍ਰੀਟੀ ਸ਼ੋਰ ਦੈਟ ਆਈ ਵਿਲ ਬੀ ਏਬਲ ਟੂ ਗੈਟ ਇਟ। ਇਨਫੈਕਟ ਲਾਈਕ ਮੈਂ 11th ਵਿੱਚ 11th ਤੋਂ ਹੀ ਟਰੈਕ ਕਰਦੀ ਆ ਰਹੀ ਸੀ ਕਿ ਇਸ ਸਾਲ ਕਿੰਨੀ ਹੈ ਕੱਟ ਆਫ, ਅਗਲੇ ਸਾਲ ਕਿੰਨੀ ਹੋਏਗੀ। ਸੋ ਆਈ ਆਲਵੇਜ਼ ਅਸਪਾਇਰਡ ਫੋਰ ਯੂ ਨੋ ਸਮਥਿੰਗ ਅਬਾਊਟ 95। ਅਤੇ
ਤੇ ਗੁਰੂ ਦੀ ਕਿਰਪਾ ਨਾਲ ਜੋ ਤੁਸੀਂ ਹਾਸਲ ਕਰ ਲਿਆ ਆ ਗਈ। ਹਾਂਜੀ, ਦਿੱਲੀ ਵਿੱਚ ਜਾ ਕੇ ਦਿੱਲੀ ਦਾ ਮਾਹੌਲ ਦੇਖ ਕੇ ਤੁਹਾਨੂੰ ਕੀ ਡਿਫਰੈਂਸ ਲੱਗਦਾ ਆ? ਵਾਟ ਇਜ਼ ਯੋਰ ਓਪੀਨੀਅਨ ਪੰਜਾਬ ਦੀ ਐਜੂਕੇਸ਼ਨ ਔਰ ਦਿੱਲੀ ਵਿੱਚ ਜਾ ਕੇ ਪੜ੍ਹਾਈ ਕਰਨਾ ਜਾਂ ਵਿੱਦਿਆ ਹਾਸਲ ਕਰਨੀ, ਵਾਟ ਵਾਜ ਦ ਮੇਜਰ ਡਿਫਰੈਂਸ ਯੂ ਐਕਸਪੀਰੀਅੰਸਡ? ਓਕੇ, ਸੋ ਸਭ ਤੋਂ ਪਹਿਲੇ ਤਾਂ ਵੈਨ ਯੂ ਆਰ ਐਟ ਦਿੱਲੀ, ਇਟ ਗਿਵਸ ਯੂ ਅ ਵਰਲਡ ਵਾਈਡ ਐਕਸਪੋਜ਼ਰ। ਤੁਸੀਂ ਇੱਕ ਮੋਨੋ ਕਲਚਰ ਦੇ ਵਿੱਚ ਨਹੀਂ ਰਹਿ ਜਾਂਦੇ, ਯੂ ਆਰ ਸਡਨਲੀ ਇਨ ਅ ਮਲਟੀ ਕਲਚਰ, ਜਿੱਥੇ ਮਲਿਆਲੀ ਲੋਕ ਵੀ ਨੇ, ਜਿੱਥੇ ਨੌਰਥ ਈਸਟ ਤੋਂ ਲੋਕ ਵੀ ਨੇ, ਜਿੱਥੇ ਸਾਰੇ ਇੰਡੀਆ ਤੋਂ ਲੋਕ ਨੇ, ਅਬਰੋਡ ਤੋਂ ਵੀ ਨੇ, ਐਂਡ ਦੈਨ ਸਡਨਲੀ ਯੂ ਬਿਕਮ ਵੈਰੀ ਕੌਨਸ਼ੀਅਸ ਆਫ ਯੂਰ ਓਨ ਆਈਡੈਂਟੀ। ਆਈ ਥਿੰਕ ਇਹ ਜਿਹੜਾ ਮਲਟੀ ਕਲਚਰਲ ਐਕਸਪੋਜ਼ਰ ਹੈ, ਦੈਟ ਇਜ਼ ਦਾ ਮੇਨ ਡਿਫਰੈਂਸ, ਅਤੇ ਤੁਹਾਡਾ ਵਰਲਡ ਵਿਊ ਯੂ ਨੋ ਇਨ ਅ ਵੈਰੀ ਫੰਡਾਮੈਂਟਲ ਸੈਂਸ ਬਦਲ ਜਾਂਦਾ। ਯੈਸ, ਡੈਫੀਨੇਟਲੀ। ਵਾਟ ਅਬਾਊਟ ਪੰਜਾਬ? ਸੋਰੀ ਟੂ ਇੰਟਰਪਟ ਯੂ, ਪੰਜਾਬ 'ਚ ਕੀ ਤੁਹਾਨੂੰ ਲੱਗਦਾ ਹੈ ਕਿ ਵਾਟ ਇਜ਼ ਦਾ ਲਿਮਿਟੇਸ਼ਨ? ਪੰਜਾਬ ਵਿੱਚ ਮੈਨੂੰ ਲੱਗਦਾ ਹੈ ਕਿ ਪੀਪਲ ਡੋਂਟ ਏਮ ਦੈਟ ਹਾਈ। ਮਤਲਬ ਜੇ ਨੈਸ਼ਨਲ ਲੈਵਲ ਦੇ ਕੰਪੀਟੀਸ਼ਨਸ ਹੋ ਰਹੇ ਨੇ ਤੇ ਜਦੋਂ ਮੈਂ ਉਹਨਾਂ ਵਿੱਚ ਪਾਰਟੀਸਿਪੇਟ ਕਰਦੀ ਹਾਂ ਤੇ ਆਈ ਸੀ ਕਿ ਪੰਜਾਬ ਦੀ ਐਂਟਰੀ ਹੀ ਨਹੀਂ ਹੈਗੀ, ਵਿਚ ਮੀਨਸ ਯੂ ਨੋ ਇਧਰ ਗਰਾਊਂਡ ਲੈਵਲ 'ਤੇ ਅਵੇਅਰਨੈਸ ਹੀ ਨਹੀਂ ਹੈਗੀ, ਔਰ ਪ੍ਰੋਬਲੀ ਦੇ ਆਰ ਨੋਟ ਏਬਲ ਟੂ ਮੇਕ ਇਟ ਟਿਲ ਦੈਟ ਲੈਵਲ, ਵਿਚ ਇਜ਼ ਐਕਚੁਲੀ ਵੈਰੀ ਡਿਪਰੈਸਿੰਗ। ਅਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਪੰਜਾਬ ਦੇ ਇੰਸਟੀਟਿਊਸ਼ਨਸ, ਇਹ ਨਹੀਂ ਗੱਲ ਹੈ ਕਿ ਪੰਜਾਬ ਵਿੱਚ ਰਹਿ ਕੇ ਯੂ ਗੈਟ ਸਮ ਡਿਸਐਡਵਾਂਟੇਜ, ਨੈਚੁਰਲ ਡਿਸਐਡਵਾਂਟੇਜ, ਯੂ ਕੈਨ ਸਟਿਲ ਗੋ ਟੂ ਦਾ ਸੇਮ ਲੈਵਲ ਐਜ ਸਮ ਅਦਰ ਸਟੂਡੈਂਟ ਫਰੋਮ ਡੈਲੀ ਕੈਨ, ਬਟ ਇਹਦੇ ਵਾਸਤੇ ਤੁਹਾਨੂੰ ਐਕਸਟਰਾ ਯੂ ਨੋ ਕਾਲ ਕਰਨੀ ਪੈਂਦੀ ਹੈ, ਐਫਰਟ ਪਾਉਣਾ ਪੈਂਦਾ ਹੈ। ਐਗਜੈਕਟਲੀ, ਬਟ ਦਿੱਲੀ 'ਚ ਤੁਹਾਨੂੰ ਇਹ ਸਭ ਕੁਛ, ਮਤਲਬ ਇਟਸ ਪਾਰਟ ਆਫ ਦ ਪ੍ਰੋਸੈਸ, ਯੂ ਕੀਪ ਔਨ ਗੈਟਿੰਗ, ਯੂ ਮਤਲਬ ਜਦੋਂ ਤੁਸੀਂ ਆਪਣੇ ਕਾਲਜ ਦੇ ਬੁਲੇਟਿਨ ਬੋਰਡਸ ਦੇਖ ਰਹੇ ਹੋ, ਯੂ ਸੀ ਯੂ ਨੋ ਸਾਰੇ ਅਪਡੇਟਸ, ਨਿਊਜ਼ ਤੁਹਾਨੂੰ ਉੱਥੇ ਆਈ ਜਾ ਰਹੀ ਹੈ, ਬਟ ਜੇ ਤੁਸੀਂ ਪੰਜਾਬ ਵਿੱਚ ਹੋ ਤੁਹਾਨੂੰ ਉਹ ਸਰਚ ਕਰਨੀਆਂ ਪੈਣਗੀਆਂ, ਸੋ ਦਿਸ ਇਜ਼ ਅ ਸਰਚ ਕੋਸਟ ਇਨਵੋਲਵਡ। ਓਕੇ, ਯਾ ਜਲਨੀਤ ਕੌਰ ਜੀ, ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗੀ ਕਿ ਇੱਕ ਬਹੁਤ, ਜੇ ਕਿਸੇ ਨੂੰ ਪੁੱਛੋ ਕਿ ਤੁਸੀਂ ਕਿੰਨਾ ਪੜ੍ਹੇ ਹੋ, ਜਾਂ ਪੇਰੈਂਟਸ ਨੂੰ ਪੁੱਛੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ, ਤਾਂ ਇਹਦਾ ਦੇ ਆ ਡਾਕਟਰਸ, ਲੜਕੀਆਂ ਲਈ ਜਾਂ ਔਰਤਾਂ ਲਈ ਲਿਮਿਟਿਡ ਟੂ ਟੀਚਰਸ, ਲੈਕਚਰਰ ਬਣ ਜਾਓ, ਜਾਂ ਇੰਜੀਨੀਅਰਿੰਗ। ਵਾਟ ਮੇਕਸ ਯੂ ਥਿੰਕ ਕਿ ਮੈਂ ਕੁਛ ਹੋਰ ਕਰਨਾ ਆ? ਪਹਿਲੀ ਗੱਲ ਤਾਂ ਮੇਰਾ ਨੈਚੁਰਲੀ ਇੰਟਰਸਟ ਹੀ ਨਹੀਂ ਹੈਗਾ ਸੀ ਮੈਡੀਕਲ ਜਾਂ ਇੰਜੀਨੀਅਰਿੰਗ ਵਿੱਚ, ਸੋ ਆਈ ਵਾਂਟਡ ਟੂ ਪਰਸਿਊ ਸਮਥਿੰਗ ਵੈਰੀ ਡਿਫਰੈਂਟ। ਅਤੇ ਦੂਜੀ ਗੱਲ, ਮੇਰੇ ਮਨ ਵਿੱਚ ਹਮੇਸ਼ਾ ਇਹ ਹੈ ਕਿ ਆਈ ਸ਼ੁੱਡ ਬੀ ਡਿਫਰੈਂਟ ਫਰੋਮ ਦ ਕਰਾਊਡ, ਐਂਡ ਇਟਸ ਬਿਕਮ ਅ ਹਰਡ ਮੈਂਟੈਲਿਟੀ ਦੀਸ ਡੇਜ਼ ਕਿ ਬਸ ਇੰਜੀਨੀਅਰਿੰਗ ਜਾਂ ਮੈਡੀਕਲ ਤੱਕ ਹੀ ਸੀਮਿਤ ਰਹਿ ਜਾਣਾ, ਬਟ ਦੇਰ ਆਰ ਲੋਟਸ ਆਫ ਫੀਲਡਸ ਆਊਟ ਦੇਅਰ। ਅਤੇ ਮੇਰਾ ਮਨ ਕੁਦਰਤੀ ਇਕਨੋਮਿਕਸ ਵਿੱਚ ਪੈ ਗਿਆ, ਅਤੇ ਮੈਂ ਤੁਹਾਨੂੰ ਸੱਚੀ ਦੱਸਾਂ, ਜਦੋਂ ਮੈਂ ਸ਼ੁਰੂ ਕੀਤੀ ਸੀ ਪੜ੍ਹਾਈ, ਮੈਨੂੰ ਕੋਈ ਆਈਡੀਆ ਨਹੀਂ ਸੀ ਕਿ ਇਹਦੇ ਅੱਗੇ ਜਾ ਕੇ ਕਰੀਅਰਸ ਕੀ ਹੁੰਦੇ ਨੇ। ਮੀਨ ਆਈ ਜਸਟ ਹੈਡ ਸਮਡੀ ਲਾਈਕ ਮਨਮੋਹਨ ਸਿੰਘ ਇਨ ਮਾਈ ਮਾਈਂਡ, ਜਾਂ ਮੋਨਟੇਕ ਸਿੰਘ ਆਹਲੂਵਾਲੀਆ, ਕਿ ਕੋਈ ਬੰਦਾ ਇਕਨੋਮਿਕਸ ਇੰਨੀ ਕਰਕੇ ਯੂ ਨੋ ਆਈ ਵਾਜ਼ ਲਾਈਕ ਮੇ ਬੀ ਤੁਸੀਂ ਇਸ ਲੈਵਲ ਤੱਕ ਪਹੁੰਚ ਜਾਂਦੇ ਹੋ। ਸੋ ਦਿਸ ਇਜ਼ ਦੀ ਓਨਲੀ ਕਰੀਅਰ ਆਈ ਨਿਊ, ਯੂ ਕੈਨ ਬਿਕਮ ਸਮਬੜੀ ਲਾਈਕ ਮਨਮੋਹਨ ਸਿੰਘ ਔਰ ਮੋਨਟੇਕ ਸਿੰਘ ਆਹਲੂਵਾਲੀਆ, ਬਟ ਇਟਸ ਲਾਈਕ ਓਵਰ ਟਾਈਮ ਮੈਨੂੰ ਆ ਕੇ ਪਤਾ ਲੱਗਿਆ, ਸੋ ਯੂ ਕੈਨ ਆਲਵੇਜ਼ ਵਰਕ ਐਜ਼ ਅ ਪੋਲਿਸੀ ਐਡਵਾਈਜ਼ਰ ਆਫਟਰ ਡੂਇੰਗ ਇਕਨੋਮਿਕਸ, ਯੂ ਕੈਨ ਵਰਕ ਇਨ ਦਾ ਕੋਪਰੇਟ ਸੈਕਟਰ ਆਫਟਰ ਡੂਇੰਗ ਇਕਨੋਮਿਕਸ, ਇਸ ਤਰ੍ਹਾਂ ਹੀ ਹੋਰ ਸਾਰੇ ਫੀਲਡਸ ਹੈਗੇ ਨੇ। ਐਂਡ ਆਈ ਥਿੰਕ ਇਹ ਜਿਹੜੀ ਰੈਂਕਿੰਗ ਅਸੀਂ ਬਣਾਈ ਪਈ ਹੈ ਕਿ ਮੈਡੀਕਲ ਵਧੀਆ ਫੀਲਡ ਹੈ, ਇੰਜੀਨੀਅਰਿੰਗ ਵਧੀਆ ਫੀਲਡ ਹੈ, ਆਰਟਸ ਬੇਕਾਰ ਹੈ, ਇਹ ਸਾਰੀ ਸਾਡੇ ਮਨ ਦੀ ਘੜਤ ਹੈ ਜੀ, ਐਂਡ ਇਟਸ ਇਟ ਡਜ਼ਨਟ ਐਗਜ਼ਿਸਟ ਐਨੀਵੇਅਰ ਐਲਸ। ਜੇ ਤੁਸੀਂ ਕਿਸੇ ਹੋਰ ਕੰਟਰੀ ਜਾਓ, ਇਸ ਤਰ੍ਹਾਂ ਦੀ ਕੋਈ ਰੈਂਕਿੰਗ ਨਹੀਂ ਹੈਗੀ, ਇਟ ਐਵਰੀਥਿੰਗ ਇਜ਼ ਔਨ ਅ ਲੈਵਲ ਫੀਲਡ, ਭਾਵੇਂ ਹਿਊਮੈਨਿਟੀਜ਼ ਹੋਵੇ, ਇਟਸ ਵੈਰੀ ਵੈਲਿਊਡ। ਅਤੇ ਮੈਨੂੰ ਲੱਗਦਾ ਕਿ ਪੰਜਾਬ ਵਿੱਚ ਸਾਨੂੰ ਇਹ ਵੈਲਿਊ ਦੁਬਾਰਾ ਲੈ ਕੇ ਆਉਣੀ ਚਾਹੀਦੀ ਹੈ। ਐਗਜ਼ੈਕਟਲੀ, ਵੀ ਡੂ ਨੀਡ ਦੈਟ, ਰਾਈਟ। ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਸੀਂ ਆਪਣੇ ਘਰ ਤੋਂ ਬਾਹਰ ਜਦ ਕਦਮ ਰੱਖਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਦੁਨੀਆ ਬਹੁਤ ਵਿਸ਼ਾਲ ਹੈ। ਸੋਚ ਦਾ ਦਾਇਰਾ ਅਸੀਂ ਆਪੋ ਆਪਣੀ ਸੀਮਾ ਦੇ ਵਿੱਚ ਰੱਖਿਆ ਹੈ, ਪਰ ਸਾਡਾ ਮਨ, ਸਾਡੀਆਂ ਖੁਆਇਸ਼ਾਂ ਸੀਮਾ ਤੋਂ ਕਿਤੇ ਪਰੇ ਨੇ। ਸਤਿਗੁਰੂ ਦੀ ਬਖਸ਼ਿਸ਼ ਅਪਾਰ ਕਿ ਅਸੀਂ ਜੋ ਚਿਤਵੀਏ ਅਸੀਂ ਉਹ ਹਾਸਲ ਕਰ ਸਕਦੇ ਹਾਂ। ਹਿੰਮਤ, ਹੌਸਲਾ ਅਤੇ ਚੜ੍ਹਦੀ ਕਲਾ ਦੀ ਲੋੜ ਹੈ। ਅਗਲਾ ਸਵਾਲ ਜੋ ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗੀ ਕਿ ਇੱਕ ਤਾਂ ਤੁਸੀਂ ਪੰਜਾਬ ਤੋਂ ਬਾਹਰ ਗਏ ਦਿੱਲੀ ਵਰਗੇ ਸ਼ਹਿਰ ਵਿੱਚ, ਜਿੱਥੇ ਤੁਸੀਂ ਆਪਣੀਆਂ ਡਿਗਰੀਜ਼ ਵੱਲ ਵਧੇ ਹੋ, ਤੁਹਾਡੀ ਸੋਚ ਵਿਲੱਖਣ ਹੈ, ਜੋ ਕਿ ਮੈਂ ਸੋਚਦੀ ਹਾਂ ਕਿ ਅੱਜ ਸਾਡੀ ਯੁਵਾ ਵਰਗ ਜੋ ਹੈਗਾ, ਜੋ ਸਿੱਖ ਬੱਚੇ ਨੇ, ਉਹਨਾਂ ਦੇ ਮਨਾਂ ਵਿੱਚ
ਬਹੁਤ ਤਰ੍ਹਾਂ ਦੇ ਸਵਾਲ ਨੇ, ਕਈ ਲਿਮਿਟੇਸ਼ਨਸ ਤਾਂ ਉਹਨੇ ਆਪ ਹੀ ਬਣਾਈਆਂ ਨੇ, ਜਿਸ ਕਰਕੇ ਉਹ ਆਪਣੇ ਵਿਰਸੇ ਤੋਂ, ਆਪਣੀ ਦਿੱਖ ਤੋਂ, ਆਪਣੇ ਬਾਣੇ ਤੋਂ, ਆਪਣੀਆਂ ਰਿਵਾਇਤਾਂ ਤੋਂ ਬਹੁਤ ਦੂਰ ਚਲੇ ਗਏ ਨੇ, ਕਿਉਂਕਿ ਉਹਨਾਂ ਨੇ ਕਈ ਤਰ੍ਹਾਂ ਦੇ ਐਕਸਕਿਊਜ਼ ਮਨ 'ਚ ਬਣਾਏ ਨੇ। ਤੁਸੀਂ ਦਸਤਾਰ ਸਜਾਈ ਹੈ, ਕਿਸ ਕੀ ਸਜਾਉਂਦੇ ਹੋ? ਕੀ ਤੁਸੀਂ ਹਰ ਥਾਂ ਇਸੇ ਤਰ੍ਹਾਂ ਹੀ ਇਸੇ ਰੂਪ ਵਿੱਚ ਹੀ ਜਾਂਦੇ ਹੋ? ਹਾਂਜੀ ਬਿਲਕੁਲ। ਅਤੇ ਅੱਜ ਤਾਈਂ ਕੋਈ ਪ੍ਰੋਬਲਮ ਫੇਸ ਕੀਤੀ ਹੋਵੇ ਜਾਂ ਕੋਈ ਐਸਾ ਐਕਸਪੀਰੀਅੰਸ ਦੱਸੋ ਜਿਹਦੇ ਨਾਲ ਤੁਹਾਨੂੰ ਇਹ ਲੱਗੇ ਕਿ ਧੰਨ ਸੱਚੇ ਪਾਤਸ਼ਾਹ ਕਿ ਉਸਨੇ ਸਾਨੂੰ ਇਹ ਬਾਣਾ ਬਖਸ਼ਿਆ ਹੈ? ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗੀ ਕਿ ਮੈਂ ਕੇਸਕੀ ਰੀਸੈਂਟਲੀ ਹੀ ਸਜਾਈ ਹੈ। ਮੈਨੂੰ 6 ਮਹੀਨੇ ਹੋਏ ਨੇ ਕਿ ਅੰਮ੍ਰਿਤ ਦੀ ਦਾਤ ਮਿਲੀ ਅਤੇ ਮਨ ਵਿੱਚ ਆਇਆ ਕਿ ਮੈਂ ਦਸਤਾਰ ਸਜਾ ਲਵਾਂ। ਅਤੇ ਮੈਂ ਜਦੋਂ ਵੀ UK ਗਈ ਹਾਂ ਆਪਣੀ ਪੜ੍ਹਾਈ ਵਾਸਤੇ ਅਤੇ ਮੈਂ ਇਸ ਰੂਪ ਵਿੱਚ ਹਾਂ। ਅਤੇ ਮੈਂ ਇੱਕ ਐਕਸਪੀਰੀਅੰਸ ਮੈਨੂੰ ਯਾਦ ਆ ਰਿਹਾ ਹੈ। ਮੈਂ ਜਦੋਂ ਸ਼ੁਰੂ 'ਤੇ ਆਪਣੀ ਬੈਂਕ ਅਪੁਆਇੰਟਮੈਂਟ ਸੀਗੀ, ਬੈਂਕ ਅਕਾਊਂਟ ਖੁਲਵਾਉਣ ਵਾਸਤੇ ਆਕਸਫਰਡ ਦੇ ਵਿੱਚ, ਅਤੇ ਜਦੋਂ ਮੈਂ ਗਈ ਅਤੇ ਜਿਹੜਾ ਬੈਂਕ ਮੈਨੇਜਰ ਸੀਗਾ, ਹੀ ਵਾਜ਼ ਮੋਰ ਇੰਟਰਸਟਿਡ ਇਨ ਨੋਇੰਗ ਅਬਾਊਟ ਮਾਈ ਦਸਤਾਰ ਦੈਨ ਇਨ ਓਪਨਿੰਗ ਮਾਈ ਬੈਂਕ ਅਕਾਊਂਟ। ਉਹ ਭਾਵੇਂ ਸਾਹਮਣੇ ਸਭ ਕੁਛ ਲੈ ਕੇ ਬੈਠਾ, ਕਾਗਜ਼ ਪੱਤਰ ਮੈਨੂੰ ਪੁੱਛੇ ਤੁਹਾਡਾ ਨਾਮ ਕੀ ਹੈਗਾ, ਕਿੱਥੇ, ਸਾਰੀ ਡਿਟੇਲਸ ਪੁੱਛਣ ਲੱਗਿਆ ਅਤੇ ਪੁੱਛਣ ਲੱਗ ਗਿਆ, ਅੱਛਾ ਤੁਸੀਂ ਕਿੱਥੋਂ ਹੈਗੇ ਹੋ, ਇਹ ਦਸਤਾਰ ਤੁਸੀਂ ਕਿਸ ਤਰ੍ਹਾਂ ਸਜਾਉਂਦੇ ਹੋ? ਮਤਲਬ ਇੰਨੀ ਜ਼ਿਆਦਾ ਲੋਕਾਂ ਵਿੱਚ ਕਿਊਰੀਓਸਿਟੀ ਹੈ ਕਿਸ ਤਰ੍ਹਾਂ ਸਜਾਉਂਦੇ ਹੋ। ਅੱਛਾ ਮੈਨੂੰ ਪੁੱਛਣ ਲੱਗ ਗਿਆ, ਤੁਸੀਂ ਅੱਛਾ ਫਿਰ ਜਦੋਂ ਰਾਤ ਨੂੰ ਸੌਂਦੇ ਹੋ ਫਿਰ ਪਾ ਕੇ ਸੌਂਦੇ ਹੋ? ਮਤਲਬ ਬੜੇ ਇਨੋਸੈਂਟ ਜਿਹੇ ਸਵਾਲ ਉਹਦੇ ਸੀਗੇ। ਅਤੇ ਮੈਂ ਕਿਹਾ ਨਹੀਂ, ਇਟਸ ਲਾਈਕ ਅ ਕਰਾਊਨ, ਵੀ ਜਿਵੇਂ ਇੱਕ ਕਿੰਗ ਕਰਾਊਨ ਸਜਾਉਂਦਾ ਹੈਗਾ ਅਤੇ ਰਾਤ ਨੂੰ ਭਾਵੇਂ ਉਹ ਜਿਸ ਤਰ੍ਹਾਂ ਵੀ ਮਰਜ਼ੀ ਸਾਈਡ 'ਤੇ ਰੱਖ ਲਵੇ, ਇਟਸ ਲਾਈਕ ਅ ਕਰਾਊਨ, ਦਸਤਾਰ ਇਜ਼ ਲਾਈਕ ਅ ਕਰਾਊਨ। ਅਤੇ ਉਦੋਂ ਤੋਂ ਮੈਨੂੰ ਬੜੀ ਹੀ ਫਖਰ ਮਹਿਸੂਸ ਹੋਇਆ ਕਿ ਆਈ ਸਟੈਂਡ ਅਪਾਰਟ ਫਰੋਮ ਦ ਕਰਾਊਡ। ਮਤਲਬ ਜੇ ਮੈਂ ਇਸ ਰੂਪ ਵਿੱਚ ਨਾ ਹੁੰਦੀ ਤਾਂ ਆਈ ਵੁੱਡ ਹੈਵ ਬੀਨ, ਯੂ ਨੋ, ਮਿਸਟੇਕਨ ਐਜ਼ ਸਮਬਡੀ ਨੋਰਮਲ ਓਨਲੀ, ਐਨੀਬਡੀ ਐਲਸ। ਯਾ, ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਇੱਕ ਸਪੈਸ਼ਲ ਜਿਹੀ ਇੰਪੋਰਟੈਂਸ ਮਿਲਣ ਲੱਗ ਗਈ ਹੈ ਪਬਲਿਕ ਲਾਈਫ ਵਿੱਚ, ਜਿਹੜੀ ਪਹਿਲੇ ਨਹੀਂ ਮਿਲਦੀ ਸੀ। ਅਤੇ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਵਿੱਚ ਜਿਹਨੂੰ ਅਸੀਂ ਪਤਿਤਪੁਣਾ ਕਹਿੰਦੇ ਹਾਂ, ਕੇਸਾਂ ਦੀ ਸਾਂਭ ਨਹੀਂ ਕਰਨੀ ਜਾਂ ਦਸਤਾਰ ਦੀ ਉਤਨੀ ਕਦਰ ਨਹੀਂ ਕਰਨੀ, ਵੋਟ ਇਜ਼ ਦ ਰੀਜ਼ਨ ਬਿਹਾਈਂਡ, ਵੋਟ ਡੂ ਯੂ ਥਿੰਕ? ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਸ ਵਿੱਚ ਇੰਡੀਵਿਜੁਅਲਿਟੀ ਦੀ ਜਿਹੜੀ ਭਾਵਨਾ ਹੈ ਉਹ ਬੜੀ ਘੱਟ ਹੈ। ਬਈ ਅਸੀਂ ਮਾਣ ਨਹੀਂ ਕਰ ਰਹੇ ਵੀ ਮੈਂ ਕੌਣ ਹਾਂ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਮੈਂ ਜਿਸ ਤਰ੍ਹਾਂ ਦਾ ਹਾਂ ਮੈਂ ਉਸੇ ਤਰ੍ਹਾਂ ਦਾ ਹਾਂ। ਇਹ ਜਿਹੜੀ ਆਈਡੀਓਲੋਜੀ ਹੈ, ਜਦਕਿ ਬਾਕੀ ਧਰਮਾਂ ਦੇ ਲੋਕ ਬੜੇ ਇਹਨੂੰ ਸੰਭਾਲ ਕੇ ਰੱਖਦੇ ਨੇ। ਜਦੋਂ ਮੈਂ ਦੇਖਦੀ ਹਾਂ ਆਪਣੇ ਮੁਸਲਮਾਨ ਫਰੈਂਡਸ ਨੂੰ, ਜਿਹੜੇ ਇਸਲਾਮਿਕ ਫਰੈਂਡਸ ਨੇ, ਅਤੇ ਉਹ ਬੜੇ ਮਾਣ ਨਾਲ ਆਪਣੀ ਗੱਲਾਂ ਦੱਸਦੇ ਨੇ, ਅਤੇ ਇਹ ਸੇਮ ਲੈਵਲ ਆਫ ਕੋਨਫੀਡੈਂਸ ਸਿੱਖ ਯੂਥ 'ਚ ਨਹੀਂ ਮਿਲਦਾ। ਅਤੇ ਮੈਨੂੰ ਲੱਗਦਾ ਕਿ ਸਾਡੇ ਵਿੱਚ ਇਹ ਕਰਾਊਡ ਮੈਂਟੈਲਿਟੀ ਆ ਗਈ ਹੈ ਵੀ ਅਸੀਂ ਕਰਾਊਡ ਦੇ ਵਿੱਚ ਹੀ ਮੈਲਟ ਹੋ ਜਾਈਏ। ਅਤੇ ਇਹ ਮੈਂਟੈਲਿਟੀ ਕਹਿ ਲਓ ਓਵਰ, ਯੂ ਨੋ, ਕਲਚਰਲ ਫੈਕਟਰਸ ਇਹਦੇ ਵਿੱਚ। ਪਰ ਪੰਜਾਬ ਵਿੱਚ ਰਹਿੰਦਿਆਂ, ਪੰਜਾਬ ਵਿੱਚ ਹੀ ਰਹਿੰਦਿਆਂ ਸਾਡੇ ਕੋਲ ਇਹ ਮੈਂਟੈਲਿਟੀ ਕਿਉਂ ਆ? ਵੋਟ ਇਜ਼ ਦ ਰੀਜ਼ਨ ਬਿਹਾਈਂਡ ਦੈਟ? ਪੰਜਾਬ ਤਾਂ ਗੁਰੂਆਂ ਦੀ ਧਰਤੀ ਹੈ, ਇੱਥੇ ਤਾਂ ਸਿੱਖੀ ਸਭ ਤੋਂ ਜ਼ਿਆਦਾ ਪ੍ਰਫੁੱਲਿਤ ਹੋਇਆ, ਬੂਟਾ ਹੀ ਇੱਥੇ ਲੱਗਾ ਹੈ। ਵਾਈ ਡੂ ਯੂ ਥਿੰਕ? ਮੈਂ ਤੁਹਾਨੂੰ, ਬਿਕੋਜ਼ ਯੂ ਆਰ ਅ ਯੰਗਸਟਰ, ਅੱਜ ਕੱਲ੍ਹ ਦੀ ਜਨਰੇਸ਼ਨ 'ਚੋਂ ਹੋ ਔਰ ਤੁਸੀਂ ਕਿੱਥੇ ਕਿੱਥੇ ਜਾ ਕੇ ਵਿੱਦਿਆ ਹਾਸਲ ਕਰ ਰਹੇ ਹੋ ਐਂਡ ਯੂ ਆਰ ਵਰਕਿੰਗ ਵੈਰੀ ਹਾਰਡ ਫੋਰ ਦੈਟ, ਵੋਟ ਇਜ਼ ਦ ਰੀਜ਼ਨ ਬਿਹਾਈਂਡ ਕਿ ਅੱਜ ਸਾਨੂੰ ਬਾਰ ਬਾਰ ਬੱਚਿਆਂ ਨੂੰ, ਯੰਗਸਟਰਸ ਨੂੰ ਸਿੱਖੀ ਵੱਲ ਨੂੰ ਇਹਨਾਂ ਨੂੰ ਲਿਆਉਣਾ ਪੈ ਰਿਹਾ ਹੈ? ਵੋਟ ਇਜ਼ ਦੇਅਰ ਇਨ ਦ ਮਾਇੰਡ? ਵੋਟ ਇਜ਼ ਦ ਪ੍ਰੋਬਲਮ? ਰਾਈਟ, ਪਹਿਲੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਠੀਕ ਹੈ ਗੱਲ, ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਇੱਥੇ ਹੀ ਸਾਰਾ, ਮਤਲਬ ਕਹਿ ਲਓ, ਸਟੋਰ ਹਾਊਸ ਹੈ। ਐਗਜੈਕਟਲੀ। ਪਰ ਅਸੀਂ ਜਿਸ ਤਰ੍ਹਾਂ ਆਪਣੇ ਅਗਲੀ ਜਨਰੇਸ਼ਨ ਨੂੰ ਉਹ ਕਨਵੇ ਨਹੀਂ ਕਰ ਪਾ ਰਹੇ, ਤਾਂ ਇਹਦੇ ਵਿੱਚ ਕੀ ਰੀਜ਼ਨ ਹੈ ਕਿ ਕਲਚਰਲ ਫੈਕਟਰਸ ਨੇ, TV 'ਤੇ ਜੋ ਦੇਖ ਰਹੇ ਹਾਂ, ਉਸ ਤੋਂ ਇਲਾਵਾ ਜਦੋਂ ਯੂਥ ਅਸੀਂ ਦੇਖਦੇ ਹਾਂ ਤਾਂ ਹਰ ਯੰਗ ਸਟੂਡੈਂਟ ਇੱਕ ਵਧੀਆ ਰੋਲ ਮਾਡਲ ਦੇਖਣਾ ਚਾਹੁੰਦਾ ਹੈ। ਅਤੇ ਆਈ ਥਿੰਕ ਸਾਡੇ ਕੋਲ ਫਿਲਹਾਲ ਦੇਰ ਇਜ਼ ਅ ਸਕੈਰਸਿਟੀ ਆਫ ਰੋਲ ਮਾਡਲਸ। ਸਿੱਖ ਰੋਲ ਮਾਡਲ ਹੈ ਹੀ ਨਹੀਂ, ਚੰਗੇ ਰੋਲ ਮਾਡਲ ਹੈ ਹੀ ਨਹੀਂ, ਜਿਹੜੇ ਹੈਗੇ ਨੇ ਉਹ ਕੋਨੇ ਮੋਨੇ ਹੋ ਗਏ ਨੇ। ਅਤੇ
ਤੇ ਉਹ ਮਤਲਬ ਦੇ ਡੋਨਟ ਫਿਟ ਇਨਟੂ ਦਾ ਆਈਡੀਅਲ ਰੋਲ ਮਾਡਲ ਕਾਈਂਡ ਆਫ ਇਮੇਜ ਜੀ ਜੀ ਤੇ ਮੈਨੂੰ ਲੱਗਦਾ ਇਸ ਵਿੱਚ ਸਾਨੂੰ ਵੱਡੇ ਰੋਲ ਮਾਡਲ ਸਾਹਮਣੇ ਲਿਆਉਣੇ ਚਾਹੀਦੇ ਨੇ ਤੇ ਇਸ ਵਿੱਚ ਪੇਰੈਂਟਸ ਦਾ ਬਹੁਤ ਯੋਗਦਾਨ ਹੈ ਕਿ ਪੇਰੈਂਟਸ ਕਿਸ ਤਰ੍ਹਾਂ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਦਿੰਦੇ ਨੇ ਤੇ ਅਤੇ ਕਿਸ ਤਰ੍ਹਾਂ ਦੇ ਬਚਪਨ ਤੋਂ ਹੀ ਸੰਸਕਾਰ ਉਹਨਾਂ ਨੂੰ ਦਿੰਦੇ ਨੇ ਜਿਵੇਂ ਕਿ ਇੱਕ ਮੈਂ ਗੱਲ ਸ਼ੇਅਰ ਕਰਨਾ ਚਾਹਾਂਗੀ ਮੈਂ ਥਰਡ ਕਲਾਸ ਵਿੱਚ ਸੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗ ਗਈ ਤੇ ਮੈਂ ਉਦੋਂ ਤੋਂ ਸਹਿਜ ਪਾਠ ਕਰ ਰਹੀ ਹਾਂ ਉਦੋਂ ਮੈਂ ਸੱਚੀ ਦੱਸਾਂ ਉਦੋਂ ਮੈਨੂੰ ਇਸ ਦੀ ਵੈਲਿਊ ਦਾ ਨਹੀਂ ਪਤਾ ਹੁੰਦਾ ਸੀ ਉਦੋਂ ਜਿਸ ਤਰ੍ਹਾਂ ਪਾਠ ਹੁੰਦਾ ਮੈਂ ਬਸ ਪਾਠ ਦੀ ਭਾਵਨਾ ਨਾਲ ਕਰਦੀ ਸੀ ਪਾਠ ਪਰ ਮੈਂ ਜਿਸ ਤਰ੍ਹਾਂ ਟੀਨੇਜ ਈਅਰਸ ਵਿੱਚ ਨਿਕਲੀ ਤੇ ਯੂ ਨੋ ਟੀਨੇਜ ਈਅਰਸ ਵਿੱਚ ਤੁਹਾਡੇ ਮਨ ਵਿੱਚ ਬੜੇ ਸਵਾਲ ਹੁੰਦੇ ਨੇ ਯੂ ਨੋ ਹੋਰ ਤਰ੍ਹਾਂ ਦੀਆਂ ਫੀਲਿੰਗਸ ਆ ਰਹੀਆਂ ਹੁੰਦੀਆਂ ਨੇ ਅਤੇ ਤੁਹਾਨੂੰ ਸਮਝ ਨਹੀਂ ਆ ਰਹੀ ਹੁੰਦੀ ਵੀ ਕੀ ਚੰਗਾ ਕੀ ਬੁਰਾ ਕਿਸ ਤਰ੍ਹਾਂ ਡਿਸਾਈਡ ਕਰੀਏ ਉਦੋਂ ਆਫਕੋਰਸ ਪੇਰੈਂਟਸ ਦਾ ਰੋਲ ਹੁੰਦਾ ਪਰ ਜੇ ਤੁਹਾਨੂੰ ਉਸ ਮੂਮੈਂਟ ਵਿੱਚ ਯੂ ਨੋ ਪੇਰੈਂਟਸ ਤੁਹਾਨੂੰ ਲੱਗ ਰਿਹਾ ਕੰਪਲੀਟ ਗਾਈਡੈਂਸ ਨਹੀਂ ਦੇ ਪਾ ਰਹੇ ਤਾਂ ਯੂ ਸ਼ੁੱਡ ਡੈਫੀਨੇਟਲੀ ਗੋ ਟੂ ਯੋਰ ਸਕ੍ਰਿਪਚਰਸ ਐਂਡ ਆਸਕ ਆਪਣੇ ਡਾਊਟਸ ਉੱਥੋਂ ਕਲੈਰੀਫਾਈ ਕਰਨੇ ਚਾਹੀਦੇ ਸਤਿਗੁਰੂ ਨੂੰ ਆਪ ਪੁੱਛੋ ਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਉਹਨਾਂ ਦਿਨਾਂ ਵਿੱਚ ਉਸ ਜਦੋਂ ਉਸ ਪੀਰੀਅਡ ਵਿੱਚ ਮੈਨੂੰ ਸਹਿਜ ਪਾਠ ਨੇ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਜੀ ਜਿਵੇਂ ਕਹਿੰਦੇ ਨੇ ਜਿਉਂ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ ਜੀ ਤੇ ਉਹ ਕਹਿ ਲਓ ਉਹ ਥੰਮ ਜਿਹੜਾ ਸੀਗਾ ਟੀਨੇਜ ਈਅਰਸ ਵਿੱਚ ਉਹ ਬਹੁਤ ਹੀ ਕਰੂਸ਼ਲ ਹੈ ਇਨਫੈਕਟ ਟੀਨੇਜ ਈਅਰਸ ਨਹੀਂ ਹੁਣ ਵੀ ਉਹ ਨਾਲ ਹੀ ਚੱਲਦਾ ਆ ਰਿਹਾ ਜੀ ਤੇ ਆਈ ਥਿੰਕ ਜੇ ਉਹ ਸਪੋਰਟ ਮਿਲ ਜਾਵੇ ਸਪਿਰਿਚੁਅਲਿਟੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਹਾਨੂੰ ਇੱਕ ਸਹੀ ਰਾਹ ਦਿਖਾਉਣ ਵਾਲਾ ਮਿਲ ਜਾਏ ਗੁਰੂ ਮਿਲ ਜਾਏ ਉਸ ਤੋਂ ਵੱਡੀ ਗੱਲ ਕੋਈ ਨਹੀਂ ਅਤੇ ਜਦੋਂ ਤੁਹਾਨੂੰ ਉਹ ਮਿਲ ਜਾਏਗਾ ਫਿਰ ਤੁਸੀਂ ਕੁਰਾਹੇ ਪਾਓਗੇ ਹੀ ਨਹੀਂ ਬਹੁਤ ਖੂਬ ਇਤਨੇ ਕੀਮਤੀ ਵਿਚਾਰ ਅਸੀਂ ਅੱਜ ਬਹੁਤ ਕਹਿੰਦੇ ਹਾਂ ਕਿ ਅੱਜ ਕੱਲ੍ਹ ਦਾ ਯੂਥ ਕੁਰਾਹੇ ਪਿਆ ਹੈ ਜਾਂ ਇਹਨਾਂ ਨੂੰ ਇੰਨੀ ਸੋਝੀ ਨਹੀਂ ਜਾਂ ਇਹ ਸੁਣਦੇ ਨਹੀਂ ਪਰ ਐਸੀਆਂ ਬਾ ਕਮਾਲ ਤੁਸੀਂ ਵਿਚਾਰਾਂ ਸੁਣੋ ਤਾਂ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਦਾ ਯੰਗਸਟਰ ਇਹ ਭਾਲਦਾ ਪਿਆ ਹੈ ਇਹਦੇ ਸਾਹਮਣੇ ਰੋਲ ਮਾਡਲਸ ਆਉਣੇ ਚਾਹੀਦੇ ਨੇ ਜਲਨੇਤ ਇਸੇ ਹੀ ਸਰੂਪ ਵਿੱਚ ਜਿੱਥੇ ਅਸੀਂ ਗੱਲ ਕਰ ਰਹੇ ਸਾਂ ਕਿ ਇਹਨਾਂ ਦਿੱਲੀ ਜਾ ਕੇ ਆਪਣੀ ਡਿਗਰੀ ਕੀਤੀ ਹੈ ਇੱਥੇ ਮੈਂ ਦੱਸਣਾ ਚਾਹੂੰਗੀ ਕਿ ਹੁਣ ਇਹ ਇੰਗਲੈਂਡ ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਐਜ਼ ਬੀਇੰਗ ਅ ਸਿੱਖ ਗਰਲ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਇਹ ਉੱਥੇ ਆਪਣੇ ਅਗਾਂਹ ਜੋ ਇਹਨਾਂ ਦੀ ਐਜੂਕੇਸ਼ਨ ਹੈ ਇਹ ਆਕਸਫੋਰਡ ਤੋਂ ਹਾਸਿਲ ਕਰ ਰਹੇ ਨੇ ਜਲਨੀਤ ਇਸ ਬਾਰੇ ਕੁਛ ਦੱਸੋ ਆਕਸਫੋਰਡ ਯੂਨੀਵਰਸਿਟੀ ਵਿੱਚ ਮੇਰੀ ਐਡਮਿਸ਼ਨ ਰੋਡ ਸਕਾਲਰਸ਼ਿਪ ਦੇ ਥਰੂ ਹੋਈ ਉਹ ਕੀ ਹੁੰਦੀ ਹੈ ਰੋਡ ਸਕਾਲਰਸ਼ਿਪ ਵਾਟ ਇਜ਼ ਰੋਡ ਸਕਾਲਰਸ਼ਿਪ ਇਹ ਇੱਕ ਦੁਨੀਆ ਦਾ ਸਭ ਤੋਂ ਵੱਡਾ ਕਹਿ ਲਓ ਸਕਾਲਰਸ਼ਿਪ ਮੰਨਿਆ ਜਾਂਦਾ ਹੈ ਇਹ ਸਕਾਲਰਸ਼ਿਪ ਅਰਾਊਂਡ 83 ਕੰਟਰੀਜ਼ ਵਿੱਚ ਦਿੱਤਾ ਜਾਂਦਾ ਹੈ ਬੇਸਿਕਲੀ ਜਿੱਥੇ ਜਿੱਥੇ ਵੀ ਬ੍ਰਿਟਿਸ਼ ਰੂਲ ਰਿਹਾ ਅੰਗਰੇਜ਼ਾਂ ਦਾ ਰਾਜ ਰਿਹਾ ਉਹਨਾਂ ਕੰਟਰੀਜ਼ ਵਾਸਤੇ ਸਕਾਲਰਸ਼ਿਪ ਬਣਿਆ ਅਤੇ ਹਰ ਸਾਲ 5 ਦੇ ਕਰੀਬ ਇੰਡੀਅਨਸ ਇਸ ਸਕਾਲਰਸ਼ਿਪ ਦੇ ਅਧੀਨ ਆਕਸਫੋਰਡ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਜਾਂਦੇ ਨੇ ਅਤੇ ਉਹਨਾਂ ਦਾ ਸਾਰਾ ਖਰਚਾ ਉੱਥੇ ਰਹਿਣ ਦਾ ਇੱਥੇ ਐਡਮਿਸ਼ਨ ਦਾ ਫੀਸ ਦਾ ਆਉਣ ਜਾਣ ਦਾ ਖਰਚਾ ਟਰੈਵਲਿੰਗ ਐਕਸਪੈਂਸਿਸ ਜਿਹੜਾ ਤੁਸੀਂ ਇੰਡੀਆ ਤੋਂ ਉੱਥੇ ਕਰਦੇ ਹੋ ਜਾਂਦੇ ਹੋ ਜੀ ਉਹ ਸਾਰਾ ਹੀ ਸਕਾਲਰਸ਼ਿਪ ਦੇ ਵਿੱਚ ਇਨਕਲੂਡਿਡ ਹੁੰਦਾ ਹੈ ਅਤੇ ਮੈਨੂੰ ਇਸ ਸਕਾਲਰਸ਼ਿਪ ਬਾਰੇ ਕਿਸੇ ਇੱਕ ਸੀਨੀਅਰ ਤੋਂ ਪਤਾ ਲੱਗਿਆ ਸੀ ਉਹ ਵੀ ਦੇਖੋ ਦਿੱਲੀ ਵਿੱਚ ਸੀ ਉਸ ਦਿੱਲੀ ਵਿੱਚ ਇਹ ਆਮ ਹੀ ਗੱਲ ਹੈ ਰੋਡ ਸਕਾਲਰਸ਼ਿਪ ਵਾਸਤੇ ਲੋਕ ਅਪਲਾਈ ਕਰਦੇ ਨੇ ਅਤੇ ਮੈਨੂੰ ਇੱਦਾਂ ਹੀ ਗੱਲਾਂ ਗੱਲਾਂ 'ਚ ਕਿਸੇ ਤੋਂ ਪਤਾ ਲੱਗਿਆ ਅਤੇ ਫਿਰ ਪਤਾ ਲੱਗਿਆ ਵੀ ਮੋਨਟੇਕ ਸਿੰਘ ਆਲੂਵਾਲੀਆ ਵੀ ਰੋਡ ਸਕਾਲਰ ਰਿਹਾ ਅਤੇ ਮੈਂ ਕਿਹਾ ਅੱਛਾ ਵੀ ਚਲੋ ਕੋਈ ਵੱਡੀ ਚੀਜ਼ ਹੀ ਹੋਣੀ ਹੈ ਅਤੇ ਮੈਨੂੰ ਲੱਗਿਆ ਕਿ ਇਸ ਵਿੱਚ ਅਪਲਾਈ ਕਰ ਹੀ ਦੇਣਾ ਚਾਹੀਦਾ ਹੈ ਅਤੇ ਇਸ ਸਕਾਲਰਸ਼ਿਪ ਦਾ ਪ੍ਰੋਸੀਜਰ ਇਸ ਤਰ੍ਹਾਂ ਹੁੰਦਾ ਹੈ ਕਿ 2 ਰਾਊਂਡਸ ਹੁੰਦੇ ਨੇ ਪਹਿਲੇ ਇੱਕ ਪ੍ਰੀਲੀਮੀਨਰੀ ਇੰਟਰਵਿਊ ਹੁੰਦੀ ਹੈ ਫਿਰ ਫਾਈਨਲ ਇੰਟਰਵਿਊ ਹੁੰਦੀ ਹੈ ਫਾਈਨਲ ਇੰਟਰਵਿਊ ਵਿੱਚ ਟੌਪ ਦੇ ਇੱਕ ਐਡਮਿਸ਼ਨਸ ਆਏ ਹੁੰਦੇ ਨੇ ਅਤੇ ਉਹ ਤੁਹਾਨੂੰ ਗ੍ਰਿਲ ਕਰਦੇ ਨੇ ਕਹਿ ਲਓ ਜੋ ਵੀ ਤੁਸੀਂ ਕਲਾਸ ਵਿੱਚ ਪੜ੍ਹਿਆ ਆਪਣੀ ਸਕੂਲ ਕਾਲਜ ਦੀ ਇੱਕ ਪੜ੍ਹਾਈ 'ਚ ਪੜ੍ਹਿਆ ਉਹਦੇ ਬਾਰੇ ਅਤੇ ਐਵਰੀਥਿੰਗ ਬਿਯੋਂਡ ਆਲਸੋ ਤੁਹਾਨੂੰ ਕਰੰਟ ਅਫੇਅਰਸ ਬਾਰੇ ਕਿੰਨੀ ਨੌਲੇਜ ਹੈ ਅਤੇ ਇੱਕ ਇੱਕ ਇੰਪੋਰਟੈਂਟ ਚੀਜ਼ ਜਿਹਦੇ 'ਤੇ ਉਹ ਬਹੁਤ ਫੋਕਸ ਕਰਦੇ ਨੇ ਇਜ਼ ਕਮਿਊਨਿਟੀ ਸਰਵਿਸ ਕਿ ਜਿਹੜਾ ਬੱਚਾ ਹੈ ਉਹ ਸਿਰਫ ਸੈਲਫਿਸ਼ ਪੜ੍ਹਾਈ ਕਰ ਰਿਹਾ ਕਿ ਸੈਲਫਲੈਸਲੀ ਕਮਿਊਨਿਟੀ ਨੂੰ ਦੇਣ ਵਾਸਤੇ ਕੁਛ ਕਰ ਰਿਹਾ ਅਤੇ ਇਸ ਇਹਨਾਂ ਗੱਲਾਂ ਦੀ ਵੇਟੇਜ ਬਹੁਤ ਜ਼ਿਆਦਾ ਦਿੱਤੀ ਜਾਂਦੀ ਹੈ ਅਤੇ ਇਹ ਜਦੋਂ ਇੰਟਰਵਿਊ ਸੀਗੀ ਅਰਾਊਂਡ 18 ਸ਼ਾਰਟਲਿਸਟਡ ਪਾਰਟੀਸੀਪੈਂਟ ਸੀਗੇ ਜਿਨ੍ਹਾਂ ਵਿੱਚੋਂ 5 ਨੂੰ ਫਾਈਨਲ ਸਕਾਲਰਸ਼ਿਪ ਮਿਲਣਾ ਸੀ
ਅਤੇ ਗੁਰੂ ਜੀ ਦੀ ਕਿਰਪਾ ਸੀ ਕਿ ਮੈਂ ਇਹ ਪੰਜਾਂ ਦਾ ਪਾਰਟ ਬਣੀ ਔਲਦੋ ਮੈਨੂੰ ਕੋਈ ਉਮੀਦ ਨਹੀਂ ਸੀਗੀ ਆਈ ਵਾਜ਼ ਦਾ ਯੰਗੈਸਟ ਅਮੰਗ ਦਾ ਕੰਟਿੰਜੈਂਟ ਅਤੇ ਇਹ ਗੁਰੂ ਜੀ ਦੀ ਕਿਰਪਾ ਹੀ ਸੀਗੀ ਇਨਫੈਕਟ ਉਸ ਇੰਟਰਵਿਊ ਵਿੱਚ ਵੀ ਮੈਨੂੰ ਸਪਿਰਿਚੁਐਲਿਟੀ ਦੇ ਬਾਰੇ ਸਵਾਲ ਪੁੱਛੇ ਗਏ ਅਤੇ ਉਹਨਾਂ ਸਵਾਲਾਂ ਦੇ ਜਵਾਬ ਵੀ ਮੈਂ ਕੌਨਫੀਡੈਂਟਲੀ ਦਿੱਤੇ ਅਤੇ ਗੁਰਬਾਣੀ ਦਾ ਆਸਰਾ ਲੈ ਕੇ ਦਿੱਤੇ ਅਤੇ ਮੈਨੂੰ ਲੱਗਦਾ ਇਹ ਸੱਚੀ ਗੁਰੂ ਜੀ ਦੀ ਕਿਰਪਾ ਹੀ ਹੈ ਜਿਹੜੀ ਮੈਨੂੰ ਅੱਜ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ ਨਹੀਂ ਤਾਂ ਮਤਲਬ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਵਰਗੇ ਨੂੰ ਉੱਥੇ ਜਾਣ ਦਾ ਮੌਕਾ ਮਿਲੇਗਾ ਸਿਰਫ ਪਰਿਵਾਰ ਨੂੰ ਹੀ ਨਹੀਂ ਸਾਰੇ ਸਿੱਖ ਪੰਥ ਲਈ ਜਲਨਿਧ ਨੇ ਜੋ ਹਾਸਿਲ ਕੀਤਾ ਹੈ ਜਾਂ ਜੋ ਇਹ ਕਰ ਰਹੇ ਨੇ ਉਹ ਸਾਰੇ ਖਾਲਸਾ ਪੰਥ ਲਈ ਬਹੁਤ ਮਾਣ ਅਤੇ ਫਖਰ ਦੀ ਗੱਲ ਹੈ ਅਤੇ ਸਾਡੀ ਆਪਣੀ ਬੱਚੀ ਇੱਕ ਸਿੱਖ ਬੱਚੀ ਜੋ ਆਕਸਫੋਰਡ ਯੂਨੀਵਰਸਿਟੀ ਵਿੱਚ ਜਿਸ ਸਕੋਲਰਸ਼ਿਪ ਦੇ ਰਾਹੀਂ ਉੱਥੇ ਪਹੁੰਚੀ ਹੈ ਜਿਸ ਦੀ ਲਿਮਿਟੇਸ਼ਨ ਇਤਨੀ ਹੈ ਜਿਸ ਲਈ ਇਤਨੇ ਟੈਸਟ ਪਾਸ ਕਰਨੇ ਪੈਂਦੇ ਨੇ ਇਹ ਬੱਚੀ ਚੜ੍ਹਦੀ ਕਲਾ ਵਿੱਚ ਰਹਿ ਕੇ ਅੱਜ ਆਕਸਫੋਰਡ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਕਰ ਰਹੀ ਹੈ ਕੀ ਐਜੂਕੇਸ਼ਨ ਲੈ ਰਹੇ ਹੋ ਉੱਥੇ ਵਾਟ ਆਰ ਯੂ ਡੂਇੰਗ ਮੈਂ ਮਾਸਟਰਸ ਕੋਰਸ ਕਰ ਰਹੀ ਹਾਂ ਐਮ ਫਿਲ ਇਨ ਇਕਨੋਮਿਕਸ ਜੀ ਓਕੇ ਵਾਈ ਮਾਸਟਰਸ ਇਨ ਇਕਨੋਮਿਕਸ ਬੈਚਲਰਸ ਕਰਨ ਤੋਂ ਬਾਅਦ ਮੈਨੂੰ ਲੱਗਿਆ ਕਿ ਮੇਰੀ ਪੜ੍ਹਾਈ ਬੜੀ ਇਨਕੰਪਲੀਟ ਸੀਗੀ ਅਤੇ ਅਸੀਂ ਇਕਨੋਮਿਕਸ ਵਿੱਚ ਜਿਸ ਤਰ੍ਹਾਂ ਦੇ ਮਾਡਲਸ ਪੜ੍ਹਦੇ ਹਾਂ ਉਹ ਇੱਕ ਬੜੇ ਹੀ ਲਿਮਿਟਿਡ ਅਜ਼ੰਪਸ਼ਨਸ ਦੇ ਵਿੱਚ ਦਾਇਰੇ ਦੇ ਵਿੱਚ ਰਹਿ ਕੇ ਹੁੰਦੇ ਨੇ ਅਤੇ ਜਦੋਂ ਅਤੇ ਜ਼ਰੂਰੀ ਹੈ ਕਿ ਜਦੋਂ ਮਾਸਟਰਸ ਕਰਦੇ ਹਾਂ ਅਤੇ ਉਸ ਵਿੱਚ ਉਹ ਅਜ਼ੰਪਸ਼ਨਸ ਖੁੱਲ੍ਹ ਜਾਂਦੀਆਂ ਨੇ ਅਤੇ ਅਸੀਂ ਇੱਕ ਐਡਵਾਂਸਡ ਲੈਵਲ 'ਤੇ ਸੁਸਾਇਟੀ ਨੂੰ ਵੇਖ ਸਕਦੇ ਹਾਂ ਅਤੇ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਇੱਕ ਇਕੋਨੋਮਿਸਟ ਦੇ ਵਿਊ ਪੁਆਇੰਟ ਤੋਂ ਆਪਣੇ ਸਮਾਜ ਨੂੰ ਅੰਡਰਸਟੈਂਡ ਕਰ ਸਕਾਂ ਅਤੇ ਇਸ ਲਈ ਮੈਂ ਮਾਸਟਰਸ ਪੜ੍ਹਾਈ ਕਰਨ ਦਾ ਸੋਚਿਆ ਐਂਡ ਯੂ ਬੀਨ ਟੂ ਆਕਸਫੋਰਡ ਹਾਂਜੀ ਕੀ ਗੱਲ ਹੁੰਦੀ ਹੈ ਕਿ ਜਲਨਿਤ ਕਈ ਵਾਰੀ ਸਾਡੇ ਅਸੀਂ ਚਾਹੁੰਦੇ ਤਾਂ ਬਹੁਤ ਕੁਛ ਹਾਂ ਹਰ ਮਾਤਾ ਪਿਤਾ ਚਾਹੁੰਦੇ ਹੋਣਗੇ ਕਿ ਮੇਰਾ ਬੱਚਾ ਬੈਸਟ ਸਕੂਲ ਵਿੱਚ ਜਾਵੇ ਬੈਸਟ ਐਜੂਕੇਸ਼ਨ ਲਵੇ ਬੈਸਟ ਯੂਨੀਵਰਸਿਟੀ 'ਚ ਜਾਵੇ ਪਰ ਕਈ ਵਾਰੀ ਕਈ ਚੀਜ਼ਾਂ ਦੀ ਕਿੱਲਤ ਹੁੰਦੀ ਹੈ ਦੈਟ ਕੈਨ ਬੀ ਫਾਈਨੈਂਸ਼ੀਅਲ ਐਜ਼ ਵੈਲ ਕਈ ਅਫੋਰਡ ਨਹੀਂ ਕਰ ਸਕਦੇ ਸੋ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਮਿਹਨਤੀ ਹੋ ਜੇ ਤੁਸੀਂ ਹਾਰਡ ਵਰਕਿੰਗ ਹੋ ਤਾਂ ਤੁਹਾਡੇ ਰਾਹ ਵਿੱਚ ਕੋਈ ਰੋਡ ਬਲੋਕ ਨਹੀਂ ਹੈ ਇਹ ਸਾਡੇ ਮਨ ਦੀ ਸੋਚ ਹੈ ਅਸੀਂ ਬਣਾਇਆ ਹੋਇਆ ਕਿ ਫਾਈਨੈਂਸ਼ੀਅਲ ਕੰਸਟ੍ਰੇਂਟਸ ਆ ਸਕਦੇ ਨੇ ਪਰ ਸੱਚੀ ਗੱਲ ਹੈ ਕਿ ਅੱਜ ਸਕੋਲਰਸ਼ਿਪਸ ਦੀ ਸਪਲਾਈ ਜ਼ਿਆਦਾ ਹੈ ਡਿਮਾਂਡ ਘੱਟ ਹੈ ਦੇਣ ਵਾਲੇ ਲੱਭ ਰਹੇ ਨੇ ਚੰਗੇ ਬੱਚੇ ਉਹ ਲੱਭ ਰਹੇ ਨੇ ਸਾਨੂੰ ਹੋਣਹਾਰ ਬੱਚੇ ਲੱਭਣ ਪਰ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਸਕੋਲਰਸ਼ਿਪ ਹੈਗੇ ਨੇ ਸਾਨੂੰ ਲੱਭਣ ਦੀ ਲੋੜ ਹੈ ਇਹਨਾਂ ਸਕੋਲਰਸ਼ਿਪਸ ਦੀ ਅਤੇ ਉਸ ਲੈਵਲ ਤੱਕ ਪਹੁੰਚਣ ਦੀ ਲੋੜ ਹੈ ਤਾਂ ਕਿ ਅਸੀਂ ਇਹਨਾਂ ਨੂੰ ਕੁਆਲੀਫਾਈ ਕਰ ਸਕੀਏ ਹਰ ਚੀਜ਼ ਦਾ ਪਤਾ ਕੀਤਾ ਜਾ ਸਕਦਾ ਹੈ ਜਿਵੇਂ ਇਹਨਾਂ ਨੇ ਕਿਹਾ ਸਕੋਲਰਸ਼ਿਪ ਦੇਣ ਲਈ ਤਾਂ ਬਹੁਤ ਨੇ ਪਰ ਡਿਮਾਂਡ ਲੋੜਵੰਦ ਕੌਣ ਪਹੁੰਚਦਾ ਹੈ ਉਹ ਬਹੁਤ ਘੱਟ ਨੇ ਜਲਨਿਧ ਐਕੇਡੈਮਿਕ ਦੀ ਗੱਲ ਹੋਈ ਇਸ ਤੋਂ ਇਲਾਵਾ ਵੀ ਕੋਈ ਸ਼ੌਂਕ ਨੇ ਮੈਨੂੰ ਪੜ੍ਹਾਈ ਤੋਂ ਇਲਾਵਾ ਕੀਰਤਨ ਦਾ ਬੜਾ ਸ਼ੌਂਕ ਹੈ ਅਤੇ ਮੈਂ 31 ਰਾਗ ਸਿੱਖੇ ਹੋਏ ਨੇ ਅਤੇ ਮੈਨੂੰ ਰਾਗਾਂ ਵਿੱਚ ਗੁਰਬਾਣੀ ਕੀਰਤਨ ਕਰਨ ਦਾ ਬੜਾ ਹੀ ਆਨੰਦ ਆਉਂਦਾ ਹੈ ਅਤੇ ਜਦੋਂ ਮੈਂ ਫ੍ਰੀ ਹੁੰਦੀ ਹਾਂ ਬੋਰ ਹੋ ਜਾਂਦੀ ਹਾਂ ਪੜ੍ਹਾਈ ਤੋਂ ਤਾਂ ਕੀਰਤਨ ਹੀ ਕਰਦੀ ਹਾਂ ਇਹ ਤੋਂ ਇਲਾਵਾ ਵੀ ਕੋਈ ਸ਼ੌਂਕ ਜਾਂ ਕੁਛ ਹੋਰ ਕਰਦੇ ਹੋ ਇਸ ਤੋਂ ਇਲਾਵਾ ਮੈਂ ਇੱਕ ਸਟਰੀਟ ਸਕੂਲ ਚੇਨ ਫਾਊਂਡ ਕੀਤੀ ਹੈ ਜਿਸ ਦਾ ਨਾਮ ਹੈ ਐਕਲੇਅਰ ਅਤੇ ਇਸ ਵਿੱਚ ਅਸੀਂ ਸਟਰੀਟ ਕਿਡਸ ਨੂੰ ਪੜ੍ਹਾਉਂਦੇ ਹਾਂ ਜਿਹੜੇ ਬੱਚੇ ਕੰਸਟਰਕਸ਼ਨ ਲੇਬਰਰਸ ਦੇ ਬੱਚੇ ਸਕੂਲ ਨਹੀਂ ਜਾ ਪਾਉਂਦੇ ਉਹਨਾਂ ਨੂੰ ਪ੍ਰੇਰਣਾ ਕਰਦੇ ਹਾਂ ਸਕੂਲ ਜਾਣ ਦੀ ਅਤੇ ਫਿਰ ਹੈਲਪ ਕਰਦੇ ਹਾਂ RTE ਦੇ ਰਾਈਟ ਟੂ ਐਜੂਕੇਸ਼ਨ ਦੇ ਥੱਲੇ ਸਕੂਲ ਵਿੱਚ ਐਡਮਿਸ਼ਨ ਕਰਾਉਣ ਵਾਸਤੇ ਅਤੇ ਇਸ ਇਨੀਸ਼ੀਏਟਿਵ ਦੇ ਥੱਲੇ ਅਰਾਊਂਡ ਅਸੀਂ 10-15 ਬੱਚੇ ਸਕੂਲਾਂ ਵਿੱਚ ਉਹਨਾਂ ਦੀ ਐਡਮਿਸ਼ਨ ਕਰਵਾਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਹੋਰ ਕੋਈ ਅਚੀਵਮੈਂਟ ਨਹੀਂ ਪਰ ਇਹ ਅਚੀਵਮੈਂਟ ਮੈਨੂੰ ਸਭ ਤੋਂ ਵੱਧ ਖੁਸ਼ੀ ਦਿੰਦੀ ਹੈ ਇਹਦੇ ਨਾਲ ਹੀ ਮੈਂ ਰਾਜੇਸ਼ਵਰ ਜੀ ਫਤਿਹ TV ਅਤੇ ਸਾਰੇ ਕਰੂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਅਤੇ ਇਹ ਮੈਸੇਜ ਤੁਹਾਡੇ ਸਾਰਿਆਂ ਤੱਕ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜਲਨਿਤ ਕੌਰ ਇੱਕ
बहुत ही चढ़ती कला बेबाक अते एक अगावधू सोच लैके जिसने लुधियाने तो अपना सफर शुरू किया है ते आज ऑक्सफर्ड यूनिवर्सिटी विच अपनी पढ़ाई नू सरंजाम दे रही है। बहुत बहुत वड्डे इन्हां दे सुपने ने कलगियांवाला पातशाह महारामत करे सारा ही पंथ मैं ते कहनी हाँ ते मैं उचेचे तौर ते ए अरदास करदी हाँ कि सतगुरु इन्हां दा हर सुपना साकार करे ते इस दे नाल ही ए भी अरजोई है कि अज जो साडे बच्चे माड़े कम्मां विच रुझे ने माँ बाप पढ़न लई भेजदे ने ते ओ पढ़ाई दी बजाय कुछ होर ही पढ़ रहे ने उस तो सतगुरु आप बचाए समत बख्शे सच्चे पातशाह अज जो माण ते सत्कार इस बच्ची करके खालसा पंथ नू मिल रहा है जिमें इस सिखी स्वरूप विच इस दस्तार नाल ऑक्सफर्ड यूनिवर्सिटी विच पढ़ रही है सच्चे पातशाह कृपा करन हर सिख बच्चे और बच्ची दे सिर ते ये दस्तारा ये ताज सानू दिसदे मिलन। इजाजत चाहवांगे, फतेह प्रवान करो जी। वाहिगुरु जी का खालसा, वाहिगुरु जी की फतेह।